ਅੱਗੇ ਵਧਾਂਗੇ ਸੀਐਮ ਰਹਾਜ ਸ਼ ਬਾਅਰ ਹੋਏ ਧਰਨੇ ਦੀ ਗੱਲ ਕਰ ਲੈਨੇ ਆ ਜਿਸ ਦੇ ਵਿੱਚ 67 ਕਾਂਗਰਸੀ ਵਰਕਰਾਂ ਦੇ ਖਿਲਾਫ ਪਰਚੇ ਦਰਜ ਹੋ ਗਏ ਨੇ ਸੀਐਮ ਰਹਾਜ ਤੇ ਬਾਹਰ ਧਰਨੇ ਲਗਾਏ ਗਏ ਸਰਕਾਰੀ ਕੰਮ ਦੇ ਵਿੱਚ ਰੁਕਾਵਟ ਬਣਨ ਦੇ ਲਈ ਹੁਨੇ ਪਰਚੇ ਦਰਜ ਹੋ ਗਏ ਨੇ ਇੱਥੇ ਤੁਹਾਨੂੰ ਦੱਸ ਦਈਏ ਕਿ ਕਾਂਗਰਸੀ ਆਗੂ ਸੀਐਮ ਆਂਦ ਨਾਲ ਮੁਲਾਕਾਤ ਕਰਨ ਲਈ ਸੀਐਮ ਰਹਾਜ ਪਹੁੰਚੇ ਸੀ ਇਸ ਮੁਲਾਕਾਤ ਤੋਂ ਇਨਕਾਰ ਕਰਨ ਤੋਂ ਬਾਅਦ ਕਾਂਗਰਸੀਆਂ ਨੇ ਧਰਨਾ ਦਿੱਤਾ ਮੁਲਾਕਾਤ ਤਾਂ ਨਹੀਂ ਹੋਈ ਪਰ ਕਾਂਗਰਸੀ ਹਵਾਲਾ ਜ਼ਰੂਰ ਪਹੁੰਚ ਗਏ ਹੁਣ ਧਾਰਾ 188 343 353 ਤਹਿਤ ਮਾਮਲਾ ਦਰਜ ਹੋ ਗਿਆ ਸੋ ਕਿਹੜੀ ਕਿਹੜੀ ਧਾਰਾ ਲਗਾਈ ਗਈ ਹੈ ਕੀ ਕੀ ਅਪਰਾਧ ਉਸ ਤਹਿਤ ਹੈ ਤੇ ਕੀ ਸਜ਼ਾ ਹੋ ਸਕਦੀ ਹੈ ਇਹ ਤੁਹਾਡੀ ਟੀਵੀ ਸਕਰੀਨ ਤੇ ਕਾਨੂੰਨ ਮੁਤਾਬਕ ਇਹਨਾਂ ਧਾਰਾਵਾਂ ਨੂੰ ਅਸੀਂ ਬਿਆਨ ਕਰਨ ਦੀ ਕੋਸ਼ਿਸ਼ ਵਿੱਚ ਨਾਲ ਨਾਲ ਕਰ ਰਹੇ ਹਾਂ ਤੇ ਸਿੱਦੇ ਸਾਡੇ ਸਹਿਯੋਗੀ ਪਰਮਔਲਖ ਸਾਡੇ ਨਾਲ ਜੁੜ ਚੁੱਕੇ ਨੇ ਸਿੱਦੇ ਉਹਨਾਂ ਦਾ ਰੋਕ ਕਰਾਂਗੇ ਸੋ ਪਰਮ ਕੋਸ਼ਿਸ਼ ਜ਼ਰੂਰ ਕੀਤੀ ਗਈ ਸੀ ਆਪਣੀ ਆਵਾਜ਼ ਪਹੁੰਚਾਉਣ ਦੀ ਪਰ ਮੁਲਾਕਾਤ ਵੀ ਨਹੀਂ ਹੋਈ ਤੇ ਪਰਚੇ ਵੀ ਦਰਜ ਹੋ ਗਏ ਫਿਲਹਾਲ ਜਿਹੜੀਆਂ ਜਿਹੜੀਆਂ ਧਾਰਾਵਾਂ ਲਗਾਈਆਂ ਗਈਆਂ ਨੇ ਤੇ ਉਸ ਤੋਂ ਬਾਅਦ ਕਿਸ ਤਰ੍ਹਾਂ ਦੇ ਹੁਣ ਰਿਐਕਸ਼ਨਸ ਆ ਰਹੇ ਨੇ ਕਾਂਗਰਸੀ ਖੇਮੇ ਦੇ ਵਿੱਚੋਂ ਕੀ ਕੁਝ ਇਸ ਤੇ ਜਾਣਕਾਰੀ ਬਿਲਕੁਲ ਅਮ੍ਰਿਤਾ ਸਭ ਤੋਂ ਪਹਿਲਾਂ ਮੈਂ ਦੱਸ ਦਿਆਂ ਕਿ ਕਾਂਗਰਸ ਦੇ ਅਸੀਂ ਕਹਿ ਸਕਦੇ ਹਾਂ ਦਿਗਜ ਲੀਡਰ 67 ਦੇ ਕਰੀਬ ਜਿਹੜੇ ਲੀਡਰ ਸੀਗੇ ਜਿਹੜੇ ਵਰਕਰ ਸੀਗੇ ਜਿਹੜੇ ਉਹਨਾਂ ਦੇ ਵਿਧਾਇਕ ਮੌਜੂਦਾ ਵਿਧਾਇਕ ਤੇ ਸਾਬਕਾ ਮੰਤਰੀ ਤੁਹਾਨੂੰ ਦੱਸ ਦਈਏ ਕਿ ਉਹਨਾਂ ਨੇ ਕੱਲ ਜਿਹੜਾ ਸੀਐਮ ਰਿਹائش ਦੇ ਅੰਦਰ ਦਰਨਾ ਦਿੱਤਾ ਇੱਕ ਤਾਂ ਦਰਨਾ ਬਾਹਰ ਅਸੀਂ ਬਹੁਤ ਸੁਣਿਆ ਹੋਏਗਾ ਪਰ ਅੰਦਰ ਦਰਨਾ ਜਿਹੜਾ ਉਹ ਅਸੀਂ ਬਹੁਤ ਘੱਟ ਸੁਣਦੇ ਹਾਂ ਤੇ ਇਹ ਜਿਹੜਾ ਦਰਨਾ ਸੀਗਾ ਅੰਦਰ ਦਿੱਤਾ ਗਿਆ ਹਾਲਾਂਕਿ ਅੰਦਰ ਦਾ ਮੈਂ ਜ਼ਿਕਰ ਅਮ੍ਰਿਤਾ ਤਾਂ ਕਰ ਰਿਹਾ ਕਿ ਅੰਦਰ ਲੈ ਕੇ ਕੌਣ ਗਿਆ ਕਿਉਂਕਿ ਸੀਐਮ ਰਿਹائش ਦੇ ਬਾਅਦ ਬਹੁਤ ਕੜਰੀ ਜਿਹੜੀ ਸੁਰੱਖਿਆ ਉਹ ਹੁੰਦੀ ਹੈ ਕਿ ਅੰਦਰ ਕੌਣ ਲੈ ਗਿਆ ਇਹੀ ਸਵਾਲ ਰਾਜਾ ਵੜਿੰਗ ਹੋਰੀ ਵੀ ਅੱਜ ਕਰ ਰਹੇ ਸੀਗੇ ਅਸੀਂ ਲਗਾਤਾਰ ਪ੍ਰਤੀਕਰਮ ਦੇਖ ਰਹੇ ਹਾਂ ਕੱਲ੍ਹ ਦੇ ਆ ਰਹੇ ਨੇ ਇਸ ਦੇ ਵਿੱਚ ਅ ਅਮ੍ਰਿਤਾ ਸੀ ਕਹਿ ਲਈਏ ਕਿ ਓਪੀ ਸੋਨੀ ਜਿਹੜੇ ਮੰਤਰੀ ਸੀਗੇ ਉਹ ਵੀ ਪਹੁੰਚੇ ਸੀਗੇ ਹੋਰ ਵੀ ਕਈ ਤਮਾਮ ਜਿਹੜੇ ਦਿਗਜ ਲੀਡਰ ਸੀਗੇ ਉਹ ਪਹੁੰਚੇ ਸੀਗੇ ਆਪਣੀ ਆਵਾਜ਼ ਬੁਲੰਦ ਕਰ ਲਈ 1 ਵਜੇ ਦਾ ਸਮਾਂ ਜੋ ਕਾਂਗਰਸ ਦੇ ਲੀਡਰ ਕਹਿ ਰਹੇ ਨੇ ਉਹਨਾਂ ਦਾ ਇਹੀ ਕਹਿਣਾ ਕਿ 1 ਵਜੇ ਦਾ ਸਾਨੂੰ ਮੁੱਖ ਮੰਤਰੀ ਹੋਰਾ ਕੋਲੋਂ ਜਿਹੜਾ ਹੈ ਉਹ ਸਮਾਂ ਦਿੱਤਾ ਗਿਆ ਸੀਗਾ 1 ਘੰਟਾ ਸਾਨੂੰ ਬਿਠਾ ਕੇ ਰੱਖਿਆ ਤੇ ਉਸ ਤੋਂ ਬਾਅਦ ਸਾਨੂੰ ਮਨਾ ਕਰ ਦਿੱਤਾ ਕਿ ਉਹ ਨਹੀਂ ਮਿਲਣਗੇ ਸਾਨੂੰ ਅੰਦਰ ਲੈ ਕੇ ਸਾਨੂੰ ਅੰਦਰ ਬਿਠਾ ਲਿਆ ਗਿਆ ਸਾਡੇ ਮੋਬਾਈਲ ਫੋਨ ਰੱਖ ਲਏ ਗਏ ਤੇ 1 ਘੰਟਾ ਸਾਨੂੰ ਵੇਟ ਕਰਾਈ ਗਈ ਸੋ ਇਹ ਤਮਾਮ ਗੱਲਾਂ ਜਿਹੜੀਆਂ ਸੀਗੀਆਂ ਕਾਂਗਰਸੀ ਲੀ ਚਾ ਰਹੀਆਂ ਸੀਗੀਆਂ ਤੇ ਦੂਜੇ ਪਾਸੇ ਜੇਕਰ ਅਸੀਂ ਆਮ ਆਦਮੀ ਪਾਰਟੀ ਦੀ ਗੱਲ ਕਰੀਏ ਤਾਂ ਉਹਨਾਂ ਨੇ ਤੁਸੀਂ ਦੇਖਿਆ ਹੋਣਾ ਕਿ ਸੀਐਮ ਨੇ ਹਾਈਸਟ ਦੇ ਉੱਤੇ ਜਿਹੜਾ ਉਹ ਧਰਨਾ ਜਿਹੜਾ ਅੰਦਰ ਦਿੱਤਾ ਗਿਆ ਉਸੇ ਨੂੰ ਮੁੱਖ ਰੱਖਦਿਆਂ ਉਹਨਾਂ ਵੱਲੋਂ ਮਾਮਲਾ ਦਰਜ ਕਰਾ ਦਿੱਤਾ ਗਿਆ ਧਾਰਾ 188 ਲਗਾਈ ਗਈ ਹੈ ਹੋਰ ਵੀ ਧਾਰਾਵਾਂ ਜਿਹੜੀਆਂ ਨੇ ਇਹਨਾਂ ਹੀ ਲੀਡਰਾਂ ਦੇ ਉੱਤੇ ਲਗਾਈਆਂ ਗਈਆਂ ਨੇ ਤੇ ਆਖਰ ਇਹ ਜਾਣਾ ਕਿਉਂ ਪਿਆ ਇਹ ਆਪਣੀਆਂ ਮੰਗਾਂ ਲੈ ਕੇ ਗਏ ਸੀਗੇ ਕਿਆ ਇਹ ਜਾ ਰਿਹਾ ਆਮ ਆਦਮੀ ਪਾਰਟੀ ਵੱਲੋਂ ਇਹ ਤਰਕ ਸਾਹਮਣੇ ਆਇਆ ਅਮ੍ਰਿਤਾ ਕਿ ਉਹਨਾਂ ਦਾ ਕਹਿਣਾ ਹੈ ਕਿ ਸਾਧੂ ਸਿੰਘ ਧਰਮਸੋਤ ਨੂੰ ਜਿਹੜਾ ਮਹਿਕਮੇ ਵੱਲੋਂ ਜਿਹੜਾ ਹੈ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਜੋ ਭ੍ਰਿਸ਼ਟ ਭ੍ਰਿਸ਼ਟਾਚਾਰ ਦੇ ਉਹਨਾਂ ਤੇ ਇਲਜ਼ਾਮ ਲੱਗੇ ਨੇ ਇਹ ਉਹਨਾਂ ਦੀ ਅਸੀਂ ਕਹਿ ਸਕਦੇ ਹਾਂ ਕਿ ਉਹਨਾਂ ਦੇ ਹੱਕ ਚ ਨਿਤਰੇ ਸੀਗੇ ਉਹਨਾਂ ਦੇ ਹੱਕ ਦੇ ਵਿੱਚ ਆਏ ਸੀਗੇ ਸਾਰੇ ਤੇ ਸਾਰੇ ਨੇਤਾ ਇਹ ਗੱਲ ਆਮ ਆਦਮੀ ਪਾਰਟੀ ਵੱਲੋਂ ਸਾਹਮਣੇ ਆਈ ਹੈ ਸੋ ਇਸੇ ਨੂੰ ਲੈ ਕੇ ਜੇਕਰ ਅਸੀਂ ਗੱਲ ਕਰੀਏ ਤਾਂ ਪਹਿਲੀ ਵਾਰ ਅਸੀਂ ਕਹਿ ਸਕਦੇ ਹਾਂ ਕਿ ਇਤਿਹਾਸਿਓ ਹੈ ਕਿ ਅੰਦਰ ਵੱੜ ਕੇ ਸੀਐਮ ਰਿਹਾਈ ਸੇ ਅੰਦਰ ਵੱੜ ਕੇ ਧਰਨਾ ਦਿੱਤਾ ਗਿਆ ਹੋਵੇ ਤਾ ਉਥੇ ਜਿਹੜੇ ਵਿਧਾਇਕ ਹੋਣ ਮੌਜੂਦਾ ਵਿਧਾਇਕ ਅਮ੍ਰਿਤਾ ਇੱਥੇ ਮੈਂ ਦੱਸ ਦਿਆਂ ਕਿ 10 ਵਿਧਾਇਕ ਜਿਹੜੇ ਆ ਮੌਜੂਦਾ ਹੈਗੇ ਨੇ 18 ਦੇ ਵਿੱਚੋਂ ਜਿਨ੍ਹਾਂ ਤੇ ਮਾਮਲਾ ਦਰਜ ਕੀਤਾ ਗਿਆ ਸਾਰੇ ਹੀ ਲੀਡਰ ਪਹੁੰਚੇ ਸੀਗੇ ਪ੍ਰਤਾਪ ਸਿੰਘ ਬਾਜਵਾ ਪਹੁੰਚੇ ਸੀਗੇ ਅ ਅਸੀਂ ਕਹਿ ਲਈਏ ਕਿ ਅ ਰਾਜਾ ਵੜਿੰਗ ਪਹੁੰਚੇ ਸੀਗੇ ਉਹਨਾਂ ਦੇ ਨਾਲ तमाम ਲੀਡਰਸ਼ਿਪ ਸੀਗੀ ਕੁਲਬੀਰ ਸਿੰਘ ਜੀਰਾ ਸੀਗੇ ਸਾਰਿਆਂ ਨੂੰ ਜਿਹੜਾ ਹੈ ਇਹਨਾਂ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਤੇ ਜਿਹੜਾ ਸ਼ਾਮ ਨੂੰ ਇਸ ਤੇ ਇਹਨਾਂ ਤੇ ਇਹ ਪਰਚਾ ਦਰਜ ਕਰ ਦਿੱਤਾ ਗਿਆ ਹੁਣ ਤਰਕ ਕੀ ਹੈ ਕੌਣ ਸੱਚਾ ਹੈ ਕੌਣ ਝੂਠਾ ਹੈ ਕਿ ਟਾਈਮ ਦਿੱਤਾ ਗਿਆ ਨਹੀਂ ਦਿੱਤਾ ਗਿਆ ਇਹ ਤਾਂ ਆਉਣ ਵਾਲਾ ਅਮ੍ਰਿਤਾ ਸਮਾਜ ਦੱਸੇਗਾ ਜੀ ਬਿਲਕੁਲ ਸੱਚ ਝੂਠ ਦਾ ਫੈਸਲਾ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਹੋਏਗਾ ਪਰ ਫਿਲਹਾਲ ਪਰਮ ਇਹ ਮਾਮਲਾ ਜੀਤੀ ਠੰਡਾ ਹੁੰਦਾ ਨਜ਼ਰ ਨਹੀਂ ਆ ਰਿਹਾ ਕਿਉਂਕਿ ਲਗਾਤਾਰ ਕਾਂਗਰਸੀ ਆਪਣੇ ਪੱਖ ਤੇ ਡੇ ਹੋਏ ਨੇ ਤੇ ਸਰਕਾਰ ਦਾ ਆਪਣਾ ਪੱਖ ਹੈ ਤੇ ਦੋਵੇਂ ਹੀ ਇੱਥੇ ਹੈਰਾਨ ਕਰਨ ਵਾਲੀ ਗੱਲ ਇਹ ਕਿ ਦੋਵੇਂ ਬਿਲਕੁਲ ਕੰਟਰਾਡਿਕਟਰੀ ਸਟੇਟਮੈਂਟਸ ਨੇ ਇੱਕ ਇੱਕ ਪੱਤਰ ਕਹਿ ਰਹੀ ਹੈ ਅਸੀਂ ਬਕਾਇਦਾ ਸਮਾਂ ਲੈ ਕੇ ਗਏ ਦੂਜੀ ਧਿਰ ਬਕਾਇਦਾ ਕਹਿ ਰਹੀ ਹੈ ਕਿ ਸਮਾਂ ਨਹੀਂ ਲਿਆ ਗਿਆ ਸੋ ਇਹ ਤਮਾਮ ਚੀਜ਼ਾਂ ਨੇ ਹਾਲਾਂਕਿ ਜਿਸ ਤਰ੍ਹਾਂ ਤੁਸੀਂ ਵੀ ਕਿਹਾ ਕਿ ਸੱਚ ਤਾਂ ਸਮੇਂ ਦੇ ਨਾਲ ਸਾਹਮਣੇ ਆਏਗਾ ਕਿ ਕੌਣ ਸੱਚਾ ਹੈ ਤੇ ਕੌਣ ਝੂਠਾ ਹੈ ਪਰ ਇਹ ਜ਼ਰੂਰ ਸਾਫ਼ ਹੈ ਕਿ ਜਿਸ ਤਰ੍ਹਾਂ ਹੁਣੇ ਮਾਮਲੇ ਦਰਜ ਕਰ ਲਏ ਗਏ ਨੇ ਜਿਸ ਤਰ੍ਹਾਂ ਦੀ ਪੋਲਿਟਿਕਸ ਹੋ ਰਹੀ ਹੈ ਇਹ ਮਾਮਲਾ ਆਉਂਦੇ ਕੁਝ ਦਿਨਾਂ ਤੱਕ ਠੰਡਾ ਨਹੀਂ ਹੋਏਗਾ ਅਮ੍ਰਿਤਾ ਦੇਖੋ ਅਸੀਂ ਇਹ ਵੀ ਗੱਲ ਬਿਲਕੁਲ ਤੁਸੀਂ ਠੀਕ ਕਹੀ ਹੈ ਕਿ ਮਾਮਲਾ ਠੰਡਾ ਨਹੀਂ ਪੈ ਰਿਹਾ ਤੁਸੀਂ ਦੇਖਿਆ ਹੋਣਾ ਹੈ ਕਿ ਜਦੋਂ ਵੀ ਕੋਈ ਅਧਿਆਪਕ ਧਰਨੇ ਤੇ ਬੈਠਦੇ ਨੇ ਇਹ ਸਰਕਾਰ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜੀ ਹੈ ਕੁਝ ਜ਼ਿਆਦਾ ਹੀ ਅਸੀਂ ਕਹਿ ਰਹੇ ਹਾਂ ਸਖਤ ਰੁਖ ਅਪਣਾ ਕੇ ਬੈਠੀ ਹੋਈ ਹੈ ਕੋਈ ਅਧਿਆਪਕ ਧਰਨੇ ਤੇ ਬੈੰਦੇ ਨੇ ਉਹਨਾਂ ਨੂੰ ਨੋਟਿਸ ਪੀਰੀਅਡ ਜਾਰੀ ਹੋ ਜਾਂਦਾ ਹੈ ਜਾਂ ਕੋਈ ਡਾਕਟਰ ਧਰਨੇ ਤੇ ਬੈੰਦੇ ਨੇ ਉਹਨਾਂ ਨੂੰ ਨੋਟਿਸ ਪੀਰੀਅਡ ਜਾਰੀ ਹੋ ਜਾਂਦਾ ਹੈ ਜਾਂ ਕੋਈ ਤਹਿਸੀਲਦਾਰ ਧਰਨੇ ਤੇ ਬੈਠਣ ਦੇ ਬੈਠਦੇ ਹਨ ਤਾਂ ਉਹਨਾਂ ਨੂੰ ਨੋਟਿਸ ਪੀਰੀਅਡ ਜਾਰੀ ਹੋ ਜਾਂਦਾ ਕਿ ਜੇ ਤੁਸੀਂ ਆਪਣੀਆਂ ਡਿਊਟੀਆਂ ਤੇ ਵਾਪਸ ਨ ਦਿੱਤਾ ਜਾਵੇਗਾ ਇਸੇ ਨੇ ਤਰਕ ਰੱਖਦੇ ਹਾਂ ਤੁਸੀਂ ਦੇਖਿਆ ਹੋਣਾ ਕਿ ਪਹਿਲਾਂ ਵੀ ਤਹਿਸੀਲਦਾਰ ਵੀ ਜਿਹੜੇ ਆ ਉਹ ਵੀ ਧਰਨੇ 'ਤੇ ਗਏ ਸੀਗੇ ਉਹਨਾਂ ਨੂੰ ਵੀ ਸਰਕਾਰ ਵੱਲੋਂ ਨੋਟਿਸ ਜਾਂਦਾ ਤਾਂ ਉਹ ਵੀ ਆਪਣੇ ਜਿਹੜੇ ਕਮਾਂਕਾਰਾਂ ਤੇ ਆਪਣੀ ਨੌਕਰੀ ਜਿਹੜੀ ਆ ਖਵਾਉਣ ਦੀ ਖਾਤਰ ਉਹ ਆਪਣੇ ਕਮਾਂਕਾਰਾਂ ਤੇ ਵਾਪਸ ਚਲੇ ਜਾਂਦੇ ਨੇ ਇਹੀ ਜਿਹੜਾ ਇਹੀ ਪਲਾਨ ਇਹੀ ਰੂਟ ਪਲਾਨ ਅਸੀਂ ਕਹਿ ਲਈਏ ਇਹੀ ਜੋ ਉਹਨਾਂ ਦੇ ਨਾਲ ਕੀਤਾ ਸਰਕਾਰ ਨੇ ਇਹੀ ਉਹੀ ਜਿਹੜਾ ਚੀਜ਼ ਹੈ ਇਹੀ ਕਾਂਗਰਸੀਆਂ ਦੇ ਨਾਲ ਹੋਈ ਹੈ ਕਾਂਗਰਸੀ ਗਹਿਤਾ ਸੀ ਕਿ ਆਪਣੀ ਗੱਲ ਰੱਖਣ ਵਾਸਤੇ ਹਾਲਾਂਕਿ ਤਰਕ ਕਿਹੜੇ-ਕਿਹੜੇ ਹੋਣੇ ਸੀਗੇ ਇਹ ਵੀ ਕਿਹਾ ਜਾ ਰਿਹਾ ਕਾਂਗਰਸੀ ਲੀਡਰਾਂ ਵੱਲੋਂ ਕਿ ਅਸੀਂ ਸਿੱਧੂ ਮੂਸੇਵਾਲਾ ਸਾਡਾ ਲੀਡਰ ਸੀਗਾ ਸਾਡਾ ਕਾਂਗਰਸ ਦਾ ਲੀਡਰ ਸੀਗਾ ਉਸ ਦਾ ਦਿਨ ਦਿਹਾੜੇ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਜਾਂਦੀ ਹੈ ਉਸ ਮਸਲੇ ਨੂੰ ਲੈ ਕੇ ਵੀ ਅਸੀਂ ਗੱਲਬਾਤ ਕਰਨੀ ਸੀਗੀ ਸੀਐਮ ਦੇ ਨਾਲ ਉਹਨਾਂ ਨਾਲ ਵਿਚਾਰ ਵਟਾਂਦਰਾ ਕਰਨਾ ਸੀਗਾ ਸੂਬੇ ਦੀ ਕਾਨੂੰਨ ਵਿਵਸਥਾ ਨੂੰ ਲੈ ਕੇ ਵਿਚਾਰ ਵਟਾਂਦਰਾ ਕਰਨਾ ਸੀਗਾ ਸੋ ਇਹ ਤਮਾਮ ਗੱਲਾਂ ਸੀਗੀਆਂ ਪਰ ਇਹਨਾਂ ਗੱਲਾਂ ਨੂੰ ਸੁਣਿਆ ਹੀ ਨਹੀਂ ਗਿਆ ਇਹ ਕਹਿਣਾ ਹੈ ਕਾਂਗਰਸੀ ਲੀਡਰਾਂ ਦਾ ਉਹਨਾਂ ਨੇ ਕਿਹਾ ਕਿ ਸਾਡੇ ਨਾਲ ਧੱਕੇਸ਼ਾ ਹੀ ਕੀਤੀ ਹੈ ਸ ਅਦ ਦੇ ਅੰਦਰ ਬੁਲਾ ਕੇ ਸਾਨੂੰ ਜ਼ਲੀਲ ਕੀਤਾ ਸਾਨੂੰ 1 ਘੰਟਾ ਬਿਠਾ ਛੱਡਿਆ ਸਾਨੂੰ ਜ਼ਲੀਲ ਕੀਤਾ ਸਾਡੇ ਮੋਬਾਈਲ ਫੋਨ ਰੱਖ ਲੇ ਉਸ ਤੋਂ ਬਾਅਦ ਸਾਨੂੰ ਮਿਲ ਨਹੀਂ ਦਿੱਤਾ ਉਸ ਤੋਂ ਬਾਅਦ ਇਹ ਸੁਨੇਹਾ ਆਉਂਦਾ ਕਿ ਮੁੱਖ ਮੰਤਰੀ ਸਾਹਿਬ ਜਿਹੜਾ ਅੱਜ ਨਹੀਂ ਤੁਹਾਨੂੰ ਕੱਲ ਨੂੰ ਮਿਲਣਗੇ ਯਾਨੀ ਕਿ ਸਾਨੂੰ ਜ਼ਲੀਲ ਕੀਤਾ ਗਿਆ ਤੇ ਉਧਰ ਦੂਜੇ ਪਾਸੇ ਵੀ ਜਿਵੇਂ ਮੈਂ ਪਹਿਲਾਂ ਵੀ ਦੱਸਟਿਆਂ ਕਿ ਉਹਨਾਂ ਦਾ ਵੀ ਇਹੀ ਕਹਿਣਾ ਹੈ ਕਿ ਅਸੀਂ ਇਹਨਾਂ ਨੂੰ ਬੁਲਾਇਆ ਨਹੀਂ ਸੀਗਾ ਅਸੀਂ ਸਮਾਂ ਨਹੀਂ ਸੀ ਲਿਆ ਸਮਾਂ ਲੈਣ ਤੋਂ ਬਿਨਾ ਹੀ ਜਿਹੜੇ ਇਹ ਲੀਡਰ ਨੇ ਇਹ ਸੀਐਮ ਰਿਹਾਈਸ ਦੇ ਅੰਦਰ ਵੜ ਕੇ ਜਿਸ ਤਹਿ ਤੇ ਮਾਮਲਾ ਜਿਹੜਾ ਹੈ ਦਰਜ ਹੋਇਆ ਜੀ ਅਮ੍ਰਿਤਾ